मोहन घर आवो करो जो दरिया मान करो अभिमान बोलो भूल चूक तेरी प्रिय चिरिया। जरा समझना, असी कह रहे हैं रब्बा मेरे घर आ, मैं जोदड़ी कर दी हां, जिवें पत्नी अपने पति नूं कहिंदी है घर आओ मैं तरस रही हां, मेरे अंदर दर्शना दी लालसा है, मेरे घरे आओ। हुण ऐ लगदा है जिवें किसे नूं कहा जा रहा भी रब कोई बंदा है ते रब्बा मेरे घरे आ, मैं तरस रही हां, मैं जोदड़ी कर दी है। पंचम पातशाह दा शब्द है ਇਹ ਔਰਤ ਜਿਵੇਂ ਆਪਣੇ ਪਤੀ ਨੂੰ ਕਹਿੰਦੀ ਹੈ ਇਦਾਂ ਪਰਮਾਤਮਾ ਨੂੰ ਕਹਿ ਰਹੇ ਆ ਵੀ ਮੇਰੇ ਘਰੇ ਆ ਮੈਂ ਜੋਦੜੀ ਕਰਦੀ ਆ। ਹੁਣ ਸਾਨੂੰ ਇਹ ਨੁਕਤੇ ਨੂੰ ਸਮਝਣਾ ਪੈਣਾ ਹੈ ਪਰਮਾਤਮਾ ਕੌਣ ਹੈ। ਸਰਬ ਵਿਆਪੀ ਆ ਕੁਦਰਤ ਸਾਰੀ ਪਰਮਾਤਮਾ ਹੀ ਹੈ। ਮੇਰੀ ਪ੍ਰੋਬਲਮ ਇਹ ਹੈ ਮੈਨੂੰ ਪਰਮਾਤਮਾ ਫੀਲ ਨਹੀਂ ਹੁੰਦਾ। ਮੇਰਾ ਜਿਹੜਾ ਮਨ ਹੈ ਐ ਲੱਗਦਾ ਵੀ ਆਹ ਕੁੱਤਾ ਹੈ ਆਹ ਗਧਾ ਹੈ ਆਹ ਚੀਜ਼ ਆ ਇਦਾਂ ਹੈ, पर मैनू यह समझ नहीं आ रही भी सारा कुछ ही परमात्मा है। सब गोविंद है, सब गोविंद है, गोविंद बिन नहीं कोई। जेड़ा मोहन है मोहन मोह लैंदा है आ सर्वव्यापी है। वेखो वीरो हवा किवें चलती है, हैरानी नहीं हुंदी वेख किवें बदल आउंदे ने, हैरानी नहीं हुंदी। इत्थों ना तुसीं तां नूं चढ़ जाओ, ਇੱਥੋਂ ਐ ਉੱਪਰ ਨੂੰ ਜਾਈ ਜਾਓ, ਉੱਪਰ ਨੂੰ ਜਾਈ ਜਾਓ, ਜਾਈ ਜਾਓ, ਜਾਈ ਜਾਓ, ਇਹਦਾ ਅੰਤ ਹੀ ਨਹੀਂ ਆਉਂਦਾ। ਅੰਤ ਆਉਂਦਾ ਨਹੀਂ। ਜਹਾਜ਼ 32,000 ਫੁੱਟ ਤੇ ਉੱਡਦਾ, 35 ਤੇ ਉੱਡਦਾ, ਕਈ ਉਦੋਂ ਤੇਜ਼ ਵਾਲੇ ਆ ਜਿਹੜੇ ਸਪੈਸ਼ਲ ਹੁੰਦੇ ਆਰਮੀ ਵਾਲੇ ਕਹਿ ਸਕਦੇ ਆਪਾਂ, ਉਹ 40-45,000 ਤੇ ਉੱਡਦੇ ਆ, ਕਈ 55 ਤੇ, ਨਾਸਾ ਵਾਲੇ 55 ਤੇ ਉਡਾਉਂਦੇ ਆ। ਉਦੋਂ ਉੱਪਰ ਜਾ ਕੇ ਤੇ ਹੈ ਹੀ ਖਾਲੀ, ਤੁਸੀਂ ਜਾਈ ਜਾਓ। ਆ ਮੋਹਨ ਸਾਡਾ ਹੈ, ਸਾਡਾ ਮੋਹਨ ਹੀ ਹੈ, ਸਾਰੇ ਪਾਸੇ ਫੈਲਿਆ ਹੋਇਆ ਪਰਮਾਤਮਾ ਹੀ ਹੈ। ਜਦੋਂ ਇਹਨੂੰ ਤਾਂ ਨੂੰ ਜਾਂਦੇ ਆ ਇਹਦਾ ਐਂਡ ਹੀ ਨਹੀਂ ਆਉਂਦਾ, ਅਖੀਰ ਹੀ ਨਹੀਂ ਆਉਂਦਾ। ਕਿਆ ਮੋਹਨ ਮੋਹ ਲੈਂਦਾ, ਕਮਾਲ ਹੀ ਹੈ ਸਾਡੇ ਵਾਲਾ। ਆ ਸਾਹਮਣੇ ਆ ਜਿਹੜਾ ਕਮਾਲ ਦੀ ਗੱਲ ਹੈ, ਗੰਨਾ ਵੀ ਬੀਜਿਆ ਮੈਂ, ਮਿਰਚ ਵੀ ਬੀਜੀ, ਇੱਕੋ ਮਿੱਟੀ ਇੱਕੋ ਪਾਣੀ ਇੱਕੋ ਖਾਦ, ਮਿਰਚ ਨੇ ਕੜਵਾਹਟ ਲੈ ਲਈ ਤੇ ਉੱਥੋਂ ਹੀ ਗੰਨੇ ਨੇ ਮਿਠਾਸ ਲੈ ਲਈ। ਵਾਹ ਮੋਹਨ ਕਿੰਨਾ ਪਿਆਰਾ ਹੈ ਤੂੰ, ਕਿਤੇ ਮਿੱਠਾ ਕਿਤੇ ਕੌੜਾ, ਤੇ ਮਿੱਠੇ ਦੀ ਵੀ ਲੋੜ ਹੈ ਤੇ ਕੌੜੇ ਦੀ ਵੀ ਲੋੜ ਹੈ, ਜ਼ਿੰਦਗੀ 'ਚ ਦੋਨਾਂ ਦੀ ਲੋੜ। ਪਤਾ ਹੀ ਕੋਈ ਨਹੀਂ। ਆਹ ਮੋਹਨ ਵੇਖ ਲਓ, ਕੁਝ ਮਿੰਟ ਲੱਗਦੇ ਨੇ ਧਰਤੀ ਦੇ ਉੱਤੇ ਸੂਰਜ ਦੀਆਂ ਕਿਰਨਾਂ ਪਹੁੰਚਣ ਤੱਕ, ਤੇ ਕਈ ਤਾਰੇ ਇਦਾਂ ਦੇ ਆ ਜਿਨ੍ਹਾਂ ਦੀਆਂ ਕਿਰਨਾਂ ਧਰਤੀ ਤੇ ਪਹੁੰਚਣ ਤੇ ਦਿਨ ਲੱਗਦੇ ਨੇ, ਕਈ ਦਿਨਾਂ 'ਚ ਪਹੁੰਚਦੀਆਂ, ਤੇ ਕਈ ਤਾਰੇ ਇੰਨੀ ਦੂਰ ਨੇ ਜਦੋਂ ਦੀ ਧਰਤੀ ਬਣੀ ਹੈ ਕਿਰਨਾਂ ਚੱਲੀਆਂ ਹੋਈਆਂ ਨੇ ਅਜੇ ਤੱਕ ਪਹੁੰਚੀਆਂ ਨਹੀਂ, ਇੰਨੀ ਸਪੀਡ ਨਾਲ ਆ ਰਹੀਆਂ ਨੇ। ਵੇਖ ਵੇਖ ਕੇ ਬੰਦਾ ਹੈਰਾਨ ਹੀ ਹੋਈ ਜਾਂਦਾ। ਅਤ ਸੁੰਦਰ ਮਨ ਮੋਹਨ ਪਿਆਰੇ ਸਭੂ ਮਦ ਨਿਰਾਰੇ, ਤੂੰ ਕਿੰਨਾ ਸੋਹਣਾ ਹੈ। ਹੁਣ ਇਹ ਗੱਲ ਸਮਝ ਲਓ ਵੀ ਰੱਬ ਮੋਹਨ ਹੈਗਾ ਕੀ ਹੈ, ਕਿਹਨੂੰ ਕਹਿੰਦੇ ਆ ਅਸੀਂ। ਆਪਾਂ ਪਤਾ ਕੀ ਕਹਿ ਰਹੇ ਹਾਂ ਵੀ ਮੋਹਨ ਤੇ ਤੂੰ ਹੈਗਾ, ਪਰ ਮੇਰਾ ਪੰਗਾ ਇਹ ਹੈ ਮੇਰਾ ਜਿਹੜਾ ਮਨ ਹੈ ਉਹ ਥੋੜੇ ਚਿਰ ਲਈ ਤੇ ਸਮਝ ਜਾਂਦਾ, ਫਿਰ ਹਿੱਲ ਜਾਂਦਾ, ਫਿਰ ਟੁੱਟ ਜਾਂਦਾ, ਫਿਰ ਜੁੜ ਜਾਂਦਾ, ਫਿਰ ਟੁੱਟ ਜਾਂਦਾ, ਫਿਰ ਜੁੜ ਜਾਂਦਾ। ਮੈਂ ਇਹ ਅਰਦਾਸ ਕਰਦਾ ਵੀ ਮੇਰੇ ਹਿਰਦੇ ਘਰ ਦੇ ਵਿੱਚ ਵੀ ਇਹ ਗੱਲ ਟਿਕ ਜੇ ਵੀ ਤੂੰ ਹੈਗਾ। ਹੁਣ ਮੇਰੀ ਗੱਲ ਸੁਣਿਓ, ਮੈਂ ਤੁਹਾਡੇ ਨਾਲ ਇੱਕ ਇੱਕ ਨੁਕਤਾ ਸਾਂਝਾ ਕਰੀ ਜਾਂਦਾ, ਤੁਸੀਂ ਹੈਰਾਨ ਹੋਈ ਜਾਣਾ। ਅੱਛਾ ਵਾਹ ਬਈ ਵਾਹ। ਉਹਨਾਂ ਕੁ ਚਿਰ ਹੋਊ ਜਦੋਂ ਆਪਾਂ ਦੀਵਾਨ ਬੰਦ ਕਰਤਾ, ਗੱਲ ਬੰਦ ਕਰਤੀ, ਨਾਲ ਹੀ ਮੁੜ ਕੇ ਧਿਆਨ ਹੋਰ ਪਾਸੇ ਚੱਲ ਜਾਣਾ, ਧਿਆਨ ਟੁੱਟ ਜਾਣਾ, ਕਿਧਰੇ ਹੀ ਜਾਊ। ਮੋਹਨ ਘਰ ਆਵੋ ਵੀ ਪਰਮਾਤਮਾ ਹੈ, ਵੇਖੋ ਕਮਾਲ ਹੈ, ਮੋਹਨ ਕਿੰਨਾ ਸੋਹਣਾ, ਰੱਬ ਕਿੰਨਾ ਸੋਹਣਾ ਹੈ, ਰੱਬ ਹੋਰ ਨਹੀਂ ਕਿਤੇ, ਆ ਕੁਦਰਤ ਵੇਖੋ ਇਹ ਪਰਮਾਤਮਾ ਹੀ ਹੈ। ਕੰਡੇ ਵੀ ਲੱਗੇ ਪਏ ਹੈ, ਫੁੱਲ ਵੀ ਲੱਗੇ ਪਏ ਹੈ, ਅੰਬਾਂ ਦੀ ਮਿਠਾਸ ਵੇਖੋ, ਸੰਤਰੇ ਦੀ ਖਟਿਆਈ ਵੇਖੋ, ਨਿੰਬੂ ਦੀ ਖਟਾਸ ਵੇਖੋ, ਹਰ ਚੀਜ਼ ਨੂੰ ਨੋਟ ਕਰੋ।
कमाल है, कमाल कमाल मोहन कमाल दा है, रब कमाल दा है, रब किते बैठा नहीं, रब फैल के कुदरत बन गया, कादर कुदरत बन गया, क्रिएटर क्रिएशन बन गया, क्रिएटर ने ही क्रिएशन दा रूप धार लिया, बीज दरख्त बन गया, एक सैल बंदा बन जाता कि नहीं बन जाता, बंदा एक सैल ही सैल तो ही बनया, बंदा चेक कराउंदा कहिंदा तेरे च बच्चे वाले सैल है नहीं, बच्चे बच्चा की हुंदा, एक सैल तो बच्चा बनदा, भ्रूण बनदा है, जन्म लैंदा है, बंदा बनदा है, सैल बच्चा बनया है, बीज दरख्त बनया है, कादर ही कुदरत बनया है, रब ही आ सारा कुछ बनया होया है, परमात्मा वखरा नहीं किते। ते हुण जदों असीं इह कहांगे मोहन घर आवो करो जो दरिया, मैं बेनती कर रहा मेरे मन च भी वस जा, मेरे अंदर भी वस जा, बाहर ते सारा कुछ पता लग रहा है पर पंगा यह है हुण चेता है फिर भुल जाता है, जदों चेता आता फिर तो फीलिंग जी बन जाती, आह वाह भाई वाह क्या बात है, फीलिंग 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 फीलिंग, पर जदों चेता भुल जाता है बस फिर आखा जीवा विसरे मर जाओ, फिर जान निकल जाती है, नजारा जा थोड़े चिर लिए आता फिर हट जाता। ते मैं ये अरदास कर रहा हाँ ये नजारा जा बनिया ही रवे, बनिया ही रवे, बनिया ही रवे, बनिया ही रवे, साची प्रीत हम तुमस्यो जोरी, तुमस्यो जोर अमर संग तोरी, जा मूल लालन स्यो प्रीत बनी, तोरी ना टूटे छोरी ना छूटे, ऐसी माधो खिंच तनी, ऐसी प्रीत पवे भी दिमाग में हर वेले रवे भी, वाह भाई वाह वीरो समुद्र च बढ़ जाओ पता ही नहीं किन्ना डूंगा यार, मोहन डूंगे रूप में भी वो आप ही है, ते बड़े बड़े पहाड़ा पर्वतां दे रूप दे विच भी ओ आप ही है, हर दरखत दे रूप विच हर बंदे दे रूप विच आप है, परमात्मा दे किन्ने रूप ने, किन्ने स्वरूप ने, किन्नियां खेड़ा खेड़दा है परमात्मा, जिवें ना वीरो मेरे ओ एक बंदा किन्ने रूप बना लैंदा है, जिहड़े आ हुंदे ने भेस बदल बदल के घर आते बहु रूपीए किन्ने रूप बना लेंदे ने, कहिंदे परमात्मा ने किन्ने ही रूप बनाए हुए ने, इत्थे वेख लो कोई फीना रूप है, कोई तिखे नकल है, कोई गोरा रूप है, उसे दा रूप कई काले ने, इको ही है सारे, इको मटीरियल लगा सारिया नूं, पंज ही तत्त ने, होर तत्त ही कोई नहीं, धरती मिट्टी पानी अग हवा आकाश, पंज ही तत्त ने, पंजां तों ही बनिया सारा कुछ, जिवें वेखो इट्टां आ आ आ बिल्डिंग बनी है, इहदे च जिहड़ियां जरूरी ने बिल्डिंग विच पैण वालियां चीजां किहड़ियां भला, इट्टां सीमेंट सरिया रेता ते पंजवां पानी, पांच चीजां तो बनया सारा कुछ, एदा ही इको ही गारे इको ही चीज तो सारा कुछ बनाई जाने बन रहा, आपां सारिआं नूं इको ही मिट्टी लगी हुई है, एक जिहड़ी मिट्टी तैनूं लगी उही मिट्टी मैनूं लगी, इको दरखत दे उत्ते लगे हुए फल आपां सारे उसे दरखत दा रूप हाँ, एक परमात्मा नाल लगे हुए हाँ, जब यह नुकता साढ़े समझ में आया फिर खुश खुश रवांगे, बई तेर मेर मुक जानी है, मेरा पोती मेरा नहीं, आ भी मिट्टी उसे दा ही बनया, ये भी परमात्मा तो बनया, मैं भी परमात्मा तो बनया, दोने भरा भरा आ, इहनू कहिंदे ने एक पिता एक सके हम बारक, इको पिता दे पुत्तर हाँ, इको पिता दे पुत्तर असीं किवें आ, क्योंकि मिट्टी सारिआं नूं एक लगी है, पंज तत्त तो बने आ, मेरे पुत नूं भी मिट्टी उही लगी है, इहनूं भी उही लगी है, इह भी परमात्मा तो बनिया, मैं भी परमात्मा तो बनिया, हुण दो फल ने एक दरखत ते लगे ने, लड़न क्यों, वेखण नूं भावें फल अलग अलग ने, है ते भरा ही ने,
ਆਪਾਂ ਸਾਰੇ ਪਰਮਾਤਮਾ ਨੂੰ ਲੱਗੇ ਹੋਏ ਫਲ ਹਾਂ। ਤੁਸੀਂ ਦੱਸੋ ਫਲ ਤੇ ਦਰਖਤ ਵੱਖਰੇ ਵੱਖਰੇ ਹੁੰਦੇ ਨੇ ਕਿ ਇੱਕੋ ਹੀ ਹੁੰਦੇ ਨੇ? ਇੱਕੋ ਹੀ ਹੁੰਦੇ ਨੇ। ਪਰਮਾਤਮਾ ਨੂੰ ਲੱਗੇ ਹੋਏ ਫਲ ਆ, ਲੱਗਦੇ ਵੱਖਰੇ ਆ, ਪਰ ਹੈ ਅਸੀਂ ਵੀ ਪਰਮਾਤਮਾ ਦਾ ਰੂਪ ਹੀ ਆ, ਪਰਮਾਤਮਾ ਹੀ ਹਾਂ, ਰੱਬ ਹੀ ਹਾਂ, ਰੱਬ ਵੱਖਰਾ ਨਹੀਂ, ਰੱਬ ਹੀ ਹਾਂ। ਹੁਣ ਮੈਂ ਕਿੰਨੀ ਵਾਰੀ ਇਹ ਗੱਲ ਕਰਦਾ ਹੁੰਦਾ ਜਦੋਂ ਮੈਂ ਤੁਹਾਨੂੰ ਪੁੱਛਦਾ ਹੁੰਦਾ ਵੀ ਦੱਸੋ ਬਈ ਰੱਬ ਤੇ ਭਰੋਸਾ ਕਰਨਾ ਹੈ ਤੇ ਰੱਬ ਕਿੱਥੇ ਰਹਿੰਦਾ ਹੈ? ਬਾਹਰ ਹੈ ਕਿ ਸਾਡੇ ਵਿੱਚ ਹੀ ਹੈ? ਤੇ ਕਿਹਦੇ ਤੇ ਭਰੋਸਾ ਕਰਨਾ? ਬੋਲੋ ਗੱਜ ਕੇ, ਆਪਣੇ ਆਪ ਤੇ।